ਸਤਿ ਸ਼੍ਰੀ ਅਕਾਲ ਦੋਸਤੋ। ਆਮ ਤੌਰ 'ਤੇ ਬਹੁਤ ਸਾਰੇ ਜਿਹੜੇ ਕਹੀਏ ਕਿ ਜਦੋਂ ਵਿਆਹ ਤੋਂ ਬਾਅਦ ਕਈ ਵਾਰ ਕਲੇਸ਼ ਝਗੜੇ ਸ਼ੁਰੂ ਹੁੰਦੇ ਨੇ ਤਾਂ ਕਈ ਮਾਮਲੇ ਕੋਰਟਾਂ ਦੇ ਵਿੱਚ ਜਾਂਦੇ ਨੇ ਤਲਾਕ ਦੇ ਵਾਸਤੇ, ਅਤੇ ਜਦੋਂ ਨਿਚਲੀ ਅਦਾਲਤ ਕਈ ਵਾਰੀ ਫੈਸਲਾ ਸੁਣਾ ਦਿੰਦੀ ਹੈ ਤਾਂ ਕੋਈ ਵੀ ਇੱਕ ਪੱਖ ਜਦੋਂ ਅਸਹਿਮਤ ਹੁੰਦਾ ਫਿਰ ਹਾਈਕੋਰਟ ਜਾਂਦਾ। ਪੰਜਾਬ ਹਰਿਆਣਾ ਹਾਈਕੋਰਟ ਦੀ ਗੱਲ ਕਰੂੰਗਾ ਜਿਹਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਪਤੀ ਪਤਨੀ ਦੇ ਕਲੇਸ਼ ਦਾ ਮਾਮਲਾ ਜਾਂਦਾ, ਤਾਂ ਫਿਰ ਆਖਰਕੌਰ ਕਿਉਂਕਿ ਨਿਚਲੀ ਅਦਾਲਤ ਨੇ ਤਲਾਕ ਦਿੱਤਾ ਸੀ ਤਾਂ ਪਤਨੀ ਨੇ ਤਲਾਕ ਦੇ ਖਿਲਾਫ਼ ਜਦੋਂ ਹਾਈਕੋਰਟ ਅਪਰੋਚ ਕਰੀ ਤਾਂ ਹਾਈਕੋਰਟ ਨੇ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰਤਾ। ਬਾਕਾਇਦਾ ਤੌਰ 'ਤੇ ਇਹ ਗੱਲ ਕਹੀ ਕਿ ਜੇਕਰ ਪਤਨੀ ਕਿਸੇ ਹੋਰ ਬੰਦੇ ਨੂੰ ਗੁਪਤ ਫੋਨ ਕਾਲਾਂ ਕਰਦੀ ਹੈ ਅਤੇ ਪਤੀ ਨੂੰ ਮਾਨਸਿਕ ਅਤੇ ਸਰੀਰਕ ਕਰੂਰਤਾ ਦੇ ਬਰਾਬਰ ਹੈਗਾ, ਜੇਕਰ ਉਹ ਇਸ ਤਰ੍ਹਾਂ ਦੇ ਯਾਨੀ ਕਿ ਕਿਸੇ ਬਗਾਨੇ ਬੰਦੇ ਨੂੰ ਫੋਨ ਕਰਦੀ ਹੈ ਅਤੇ ਇਹ ਗੁਪਤ ਫੋਨ ਨੇ ਜਿਹੜੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦੇ ਨੇਗੇ ਬੰਦੇ ਨੂੰ। ਇਹ ਪੂਰਾ ਜਿਹੜਾ ਮਾਮਲਾ ਹੈ ਉਹਦੇ ਵਿੱਚ ਜਾਗਰਣ ਨੇ ਇਹ ਜਾਣਕਾਰੀ ਸਾਂਝੀ ਕਰੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਵਿਆਹ ਦੀ ਨਿਉਂ ਹੈ ਜਿਹੜੀ ਉਹ ਜੇਕਰ ਇੱਕ ਦੂਜੇ ਦੇ ਵਿਸ਼ਵਾਸ ਨਹੀਂ ਹੈ ਤਾਂ ਕਪਲ ਸਾਥ ਨਹੀਂ ਰਹਿ ਸਕਦੇ ਹੈਗੇ। ਅਤੇ ਬੈਂਚ ਨੇ ਵੀ ਕਿਹਾ ਕਿ ਪਤੀ ਪਤਨੀ ਦਾ ਰਿਸ਼ਤਾ ਵਿਸ਼ਵਾਸ 'ਤੇ ਆਧਾਰਿਤ ਹੁੰਦਾ ਹੈ, ਜੇਕਰ ਪਤੀ ਪਤਨੀ ਦੇ ਵਿੱਚ ਵਿਸ਼ਵਾਸ ਖੋ ਦਿੱਤਾ ਤਾਂ ਇੱਕ ਛੱਤ ਦੇ ਨੀਚੇ ਦੋਨਾਂ ਦਾ ਰਹਿਣਾ ਮੁਨਾਸਿਬ ਨਹੀਂ ਹੈਗਾ। ਜਸਟਿਸ ਸੁਰੇਸ਼ ਠਾਕੁਰ ਅਤੇ ਜਸਟਿਸ ਸੁਦੀਪਤ ਸ਼ਰਮਾ ਦੀ ਬੈਂਚ ਨੇ ਇਸ ਦੇ ਵਿੱਚ ਵਿਸ਼ਵਾਸ ਪੂਰੀ ਤਰ੍ਹਾਂ ਦੇ ਨਾਲ ਟੁੱਟਣ ਦਾ ਹਵਾਲਾ ਦਿੰਦੇ ਹੋਏ ਹਿੰਦੂ ਵਿਆਹ ਅਧੀਨ ਐਕਟ ਦੇ ਪ੍ਰਾਧੀਨ ਦੇ ਤਹਿਤ ਪਤੀ ਨੂੰ ਤਲਾਕ ਦੇਣ ਦੀ ਪਰਿਵਾਰਿਕ ਯਾਨੀ ਕਿ ਫੈਮਿਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਉਹਦੇ ਵਿੱਚ ਅੱਗੇ ਜਿਹੜੇ ਪੁਆਇੰਟਸ ਬਣੇ ਨੇਗੇ ਉਹ ਤੁਹਾਡੇ ਨਾਲ ਸਾਂਝੇ ਕਰ ਲੈਣਾ। ਬੈਂਚ ਨੇ ਤੱਥਾਂ ਦੇ ਧਿਆਨ ਦੇ ਦਿੱਤਾ ਕਿ 4 ਨਵੰਬਰ 2018 ਤੋਂ ਹੀ ਆ ਜਿਹੜਾ ਜੋੜਾ ਦੋ ਉਹ ਅੱਡ ਅੱਡ ਰਹਿ ਰਿਹਾ ਹੈਗਾ। ਕੋਰਟ ਨੇ ਮੰਨਿਆ ਕਿ ਇੰਨੇ ਲੰਮੇ ਸਮੇਂ ਤੱਕ ਅੱਡ ਰਹੇ ਅਤੇ ਜਿਹੜੇ ਕਿ ਲਗਭਗ 6 ਸਾਲ ਹੋ ਚੁੱਕੇ ਨੇ ਤਾਂ ਇੱਕ ਮਹੱਤਵਪੂਰਨ ਯਾਨੀ ਕਿ ਇਹ 'ਚ ਕਹਿ ਸਕਦੇ ਹਾਂ ਘਾਟ ਹੈਗੀ, ਬਹੁਤ ਜ਼ਰੂਰੀ ਘਾਟ ਹੈ ਕਿਉਂਕਿ ਜਦੋਂ ਦੋਨੇ ਇਕੱਠੇ ਹੀ ਨਹੀਂ ਹੋਏ ਹੈਗੇ, ਕਿਉਂਕਿ ਇਹਦੇ ਵਿੱਚ ਇੱਕ ਕਿਸੇ ਵੀ ਪੱਖ ਨੇ ਵਿਵਾਹਿਕ ਸੰਬੰਧਾਂ ਨੂੰ ਫਿਰ ਤੋਂ ਸ਼ੁਰੂ ਕਰਨ ਜਾਂ ਫਿਰ ਸ਼ੁਰੂ ਕਰਨ ਦੇ ਪ੍ਰਯਾਸ ਨਹੀਂ ਕੀਤੇ, ਜਿਹੜਾ ਸਪਸ਼ਟ ਰੂਪ ਦੇ ਵਿੱਚ ਵਿਆਹ ਦੇ ਅਪੂਰਨੀਆਂ ਕਹਿੰਦੇ ਟੁੱਟਣ ਦੇ ਸੰਕੇਤ ਦਿੰਦਾ ਹੈਗਾ। ਬੈਂਚ ਨੇ ਪਾਇਆ ਕਿ ਪਤੀ ਨੇ ਦਾਅਵਾ ਕੀਤਾ ਕਿ ਉਹਦੀ ਪਤਨੀ ਪੂਰੀ ਤਰ੍ਹਾਂ ਦੇ ਨਾਲ ਵਿਸ਼ਵਾਸ ਖੋ ਚੁੱਕੀ ਹੈ। ਪਤਨੀ ਨੇ ਆਪਦੇ ਸਹੁਰੇ ਦੇ ਖਿਲਾਫ਼ ਲਾਏ ਕਈ ਗੰਭੀਰ ਆਰੋਪਾਂ ਦੇ ਵਿੱਚ ਵਿਸ਼ਵਾਸ ਦੇ ਵਿੱਚ ਕਮੀ ਪਾਈ ਹੈ ਅਤੇ ਉਹ ਕਮੀ ਹੋਰ ਵੀ ਜ਼ਿਆਦਾ ਵੱਧ ਗਈ ਹੈ। ਮਹਿਲਾ ਸੈੱਲ ਦੇ ਵਿੱਚ ਵੀ ਉਹਨੇ ਜਦੋਂ ਸ਼ਿਕਾਇਤ ਦਿੱਤੀ ਆਪਦੇ ਸਹੁਰੇ ਦੇ ਖਿਲਾਫ਼ ਯਾਨੀ ਕਿ ਲੇਡੀ ਨੇ ਇਸ ਬੰਦੇ ਦੀ ਘਰ ਵਾਲੀ ਨੇ, ਤਾਂ ਉਹਦੇ ਵਿੱਚ ਸਹੁਰੇ 'ਤੇ ਯੌਨ ਸ਼ੋਸ਼ਣ ਦੇ ਆਰੋਪ ਲਾਏ ਅਤੇ ਇੱਥੇ ਤੱਕ ਕਿਹਾ ਕਿ ਸਹੁਰਾ ਜਿਹੜਾ ਮੇਰੇ 'ਤੇ ਮਾੜੀ ਅੱਖ ਰੱਖਦਾ, ਉਹਦੇ ਦਿਮਾਗ ਦੇ ਵਿੱਚ ਮੇਰੇ ਲਈ ਬੁਰੀ ਜਿਹੜੀ ਇੱਕ ਵਿਚਾਰਧਾਰਾ ਹੈਗੀ। ਪਰ ਉਹਨੂੰ ਲੈ ਕੇ ਫੈਮਿਲੀ ਕੋਰਟ ਦੇ ਨੇ ਸਾਕਸ਼ੀਆਂ ਅਤੇ ਗਵਾਹਾਂ ਦੀ ਜਾਂਚ ਕਰਨ ਤੋਂ ਬਾਅਦ ਆਰੋਪਾਂ ਨੂੰ ਨਿਰਾਧਾਰ ਪਾਇਆ ਸੀਗਾ, ਯਾਨੀ ਕਿ ਪਤਨੀ ਦੇ ਆਰੋਪ ਨਿਰਾਧਾਰ ਪਾਏ ਗਏ ਸੀ, ਜਿਸ ਤੋਂ ਬਾਅਦ ਪਤਨੀ ਦਾ ਮਾਮਲਾ ਅਤੇ ਕਮਜ਼ੋਰ ਪਾਇਆ ਗਿਆ ਅਤੇ ਬੈਂਚ ਨੇ ਇਹਨਾਂ ਤੱਥਾਂ ਨੂੰ ਗੌਰ ਕਰਦੇ ਹੋਏ ਫੈਮਿਲੀ ਕੋਰਟ ਨੇ ਗਵਾਹਾਂ ਦੇ ਪ੍ਰਸਤੁਤ ਜਿਹੜੇ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ ਜਾਂਚ ਤੋਂ ਬਾਅਦ ਪਤਨੀ ਦੇ ਵਿਵਾਹਿਕ ਸੰਬੰਧ ਦੇ ਇਨਕਾਰ ਕਰਨ ਤੋਂ ਵਿਸ਼ਵਾਸ ਨਹੀਂ ਕੀਤਾ ਗਿਆ ਹੈਗਾ। ਉਹਨਾਂ ਨੇ ਮੰਨਿਆ ਕਿ ਅਪੀਲਕਰਤਾ ਪਤਨੀ ਯਾਨੀ ਕਿ ਪਟੀਸ਼ਨਰ ਕਰਤਾ ਜਿਹੜੀ ਪਤਨੀ ਹੈ ਉਹਨੇ ਬਾਕੀ ਉਹਨੇ ਹੋਰ ਵਿਅਕਤੀ ਦੇ ਨਾਲ ਗੁਪਤ ਫੋਨ ਕਾਲ ਕਰਕੇ ਮਾਨਸਿਕ ਅਤੇ ਸਰੀਰਕ ਕਰੂਰਤਾ ਦੇ ਬਰਾਬਰ ਹੈਗੇ ਜਿਹੜਾ ਕਿ ਉਹਨੇ ਆਪਣੇ ਪਤੀ ਨੂੰ ਦਿੱਤਾ। ਕੋਰਟ ਨੇ ਇਸ ਗੱਲ ਨੂੰ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਆਹ ਕਿ ਵਿਸ਼ਵਾਸ ਹੀ ਕਿਸੇ ਵੀ ਵਿਆਹ ਦੀ ਆਧਾਰਸ਼ਿਲਾ ਹੁੰਦੀ ਹੈ, ਜੇਕਰ ਵਿਸ਼ਵਾਸ ਖਤਮ ਹੋ ਜਾਣ ਤੋਂ ਬਾਅਦ ਕਪਲ ਹੈ ਜਿਹੜਾ ਉਸ ਇਕੱਠੇ ਰਹਿਣ ਦੇ ਵਿੱਚ ਸੰਭਵ ਹੈਗਾ। ਬੈਂਚ ਨੇ ਇਹ ਵੀ ਕਿਹਾ ਕਿ ਪਤਨੀ ਦਾ ਬਿਹੇਵੀਅਰ ਹੈ ਜਿਹੜਾ ਉਹ ਵਿਸ਼ੇਸ਼ ਰੂਪ ਦੇ ਵਿੱਚ ਆਪਣੇ ਸਹੁਰੇ ਦੇ ਖਿਲਾਫ਼ ਅਤੇ ਗੰਭੀਰ ਅਤੇ ਨਿਰਾਧਾਰ ਰਿਹਾ, ਉਹਦੇ ਜਿਹਦੇ ਚੱਲਦੇ ਪਤੀ ਅਤੇ ਉਹਦੇ ਪਰਿਵਾਰਕ ਲਈ ਸੰਭਾਵਿਤ ਖਤਰਾ ਪੈਦਾ ਵੀ ਹੁੰਦਾ ਹੈਗਾ। ਜੇਕਰ ਵਿਆਹ ਜਾਰੀ ਰਹਿੰਦਾ ਤਾਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕਹਿੰਦੇ ਕੋਈ ਨੁਕਸਾਨ ਵੀ ਹੋ ਸਕਦਾ, ਯਾਨੀ ਕਿ ਪਰਿਵਾਰਕ ਤੌਰ 'ਤੇ ਜਿਵੇਂ ਆਪਾਂ ਕਹਿੰਦੇ ਨਾ ਵੀਰ ਕੋਈ ਨਾ ਕੋਈ ਨੁਕਸਾਨ ਵੱਡਾ ਨਾ ਹੋ ਜਾਵੇ। ਕੋਰਟ ਨੇ ਦੰਪਤੀ ਨੂੰ ਬੱਚਿਆਂ ਦੀ ਜਿਹੜੀ ਕਲਿਆਣ ਨੂੰ ਲੈ ਕੇ ਵੀ ਧਿਆਨ ਰੱਖਣ ਦੇ ਵਿੱਚ ਕਿਹਾ ਹੈ। ਬੈਂਚ ਨੇ ਚਿੰਤਾ ਵਿਅਕਤ ਕਰਦੇ ਹੋਏ ਵਿਆਹ ਦੇ ਵਿਛੇਦ ਨਹੀਂ ਕੀਤਾ ਗਿਆ ਤਾਂ ਪਤਨੀ ਦੀ ਆਚਰਣ ਅਤੇ ਬੱਚਿਆਂ ਦੇ ਨੂੰ ਦੇਖਦੇ ਹੋਏ ਆ ਜਿਹੜਾ ਕਹਿੰਦੇ ਇਹ ਫੈਸਲਾ ਉਹ ਸੁਣਾਇਆ ਅਤੇ ਉਹ ਆਖਰਕਾਰ ਉਹਨਾਂ ਨੇ ਨਿਚਲੇ ਕੋਰਟ ਦਾ ਫੈਸਲਾ ਬਰਕਰਾਰ ਰੱਖਿਆ। ਗੱਲ ਇਹ ਹੈ ਵੀ ਜਦੋਂ ਕਹਿੰਦੇ ਵਿਸ਼ਵਾਸ ਖੋ ਲਿਆ ਤਾਂ ਫਿਰ ਆਖਰ ਕੀ ਰਹਿ ਗਿਆ।
ਇਹ ਪਤਨੀ ਕਾਲਸ ਕਰਦੀ ਹੋਣੀ ਕਿਸੇ ਹੋਰ ਬੰਦੇ ਨੂੰ, ਤਾਂ ਉਸ ਚੀਜ਼ ਨੂੰ ਵੀ ਕੋਰਟ ਨੇ ਇਹ ਗੱਲ ਕਿਹਾ ਵੀ ਇਹ ਬਹੁਤ ਵੱਡਾ ਧੱਕਾ ਹੈ ਇੱਕ ਜਿਹੜੇ ਕਹੀਏ ਪਤੀ ਦੇ ਲਈ, ਅਤੇ ਬਹੁਤ ਕਰੂਰਤਾ ਭਰਿਆ ਹੈਗਾ। ਇਸ ਕਰਕੇ ਜੇਕਰ ਕੋਈ ਯਾਨੀ ਕਿ ਜੇਕਰ ਕੋਈ ਲੇਡੀ ਹੈਗਾ ਸਮਝਦੀ ਹੈ ਵੀ ਉਹ ਕਿਸੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਵੇ ਫਿਰ ਵੀ ਘਰ ਰਹਿ ਲੂਗੀ ਜਦੋਂ ਆਪਦਾ ਆਚਰਣ ਮਾੜਾ ਕਰ ਲੈਂਦੀ ਹੈ, ਅਤੇ ਜੇਕਰ ਉਹ ਕੋਈ ਗੱਲ ਸਿੱਧ ਹੋ ਜਾਂਦੀ ਹੈ ਤਾਂ ਕੋਰਟਾਂ ਨੇ ਇਸ ਚੀਜ਼ ਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੀਆਂ ਨੇ। ਅਤੇ ਜਿਵੇਂ ਇਸ ਮਾਮਲੇ ਦੇ ਵਿੱਚ ਤਲਾਕ ਬੰਦੇ ਨੂੰ ਦੇਤਾ ਹੈ, ਪਤਨੀ ਨੇ ਤਲਾਕ ਦੇ ਖਿਲਾਫ਼ ਫੈਮਿਲੀ ਕੋਰਟ ਦੀ ਪਟੀਸ਼ਨ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਦਾਖਲ ਕਰੀ ਸੀ, ਅਤੇ ਹਾਈ ਕੋਰਟ ਨੇ ਵੀ ਉਸ ਪਟੀਸ਼ਨ ਨੂੰ ਜੇ ਕਹੀਏ ਕਿ ਜਵਾਬ ਦਿੰਦੇ ਹੋਏ ਪਤੀ ਜਿਹੜਾ ਲੋਅਰ ਕੋਰਟ ਦਾ ਫੈਸਲਾ ਸੀਗਾ ਜਿਹ 'ਚ ਪਤੀ ਨੂੰ ਤਲਾਕ ਦੀ ਮਨਜ਼ੂਰੀ ਦਿੱਤੀ ਸੀ ਉਹਨੂੰ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖਿਆ ਗਾ।